ਏਤਿਮਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਆਰਕੇ ਕੰਗੜਾ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਅਸੀਂ ਅੱਜ ਪਹੁੰਚੇ ਹਾਂ ਜੀ ਏ ਕੇ ਕਲੈਕਸ਼ਨ ਤੇ ਜੀ, ਜਿੱਥੇ ਕਿ ਏ ਕੇ ਕਲੈਕਸ਼ਨ ਜੀ ਦੇ ਜੋ ਓਨਰ ਨੇ ਉਹਨਾਂ ਦਾ ਬੜਾ ਹੀ ਸ਼ਲਾਘਾਯੋਗ ਅੱਜ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ। ਸੋ ਇੱਥੇ ਇੱਕ ਕਸਟਮਰ ਆਏ ਨੇ ਜੀ ਕੋਟ ਪੈਂਟ ਲੈਣ ਵਾਸਤੇ, ਬੜੀ ਦੂਰੋਂ ਆਏ ਹੈ ਜੋ ਇਹਨਾਂ ਦੇ ਕੋਲ ਕੋਟ ਪੈਂਟ ਲੈਣ ਵਾਸਤੇ ਆਏ ਨੇ। ਸੋ ਬੜੀ ਹੀ ਦਿਲਚਸਪ ਕਹਾਣੀ ਹੈ ਉਸ ਕਸਟਮਰ ਦੀ, ਸੋ ਉਸ ਕਸਟਮਰ ਦੇ ਨਾਲ ਕਰਦੇ ਹਾਂ ਗੱਲਬਾਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿੱਥੇ ਆਏ ਹੋ ਅੱਜ? ਅਸੀਂ ਅੱਜ ਕੁਰਾਲੀ ਆਏ ਹਾਂ ਜੀ ਏ ਕੇ ਕਲੈਕਸ਼ਨ ਤੇ। ਅੱਛਾ, ਕਿੱਥੋਂ ਆਏ ਵੀਰ ਜੀ? ਅਸੀਂ ਬੱਸੀ ਪਠਾਣਾ ਤੋਂ ਆਏ ਹਾਂ ਜੀ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ। ਅੱਛਾ ਜੀ, ਸੋ ਅੱਜ ਕੋਟ ਪੈਂਟ ਲੈਣ ਆਏ ਹੋ ਜੀ? ਹਾਂਜੀ ਹਾਂਜੀ, ਅੱਜ ਕੋਟ ਪੈਂਟ ਲੈਣ ਆਏ ਜੀ। ਅੱਛਾ ਜੀ, ਇੰਨੀ ਦੂਰੋਂ ਤੁਸੀਂ ਆਏ ਹੋ, ਸੋ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ? ਅਸੀਂ ਵੀਡੀਓ ਦੇਖੀ ਸੀਗੀ ਜੀ ਧਮਾਲ ਚੈਨਲ ਤੋਂ। ਅੱਛਾ ਜੀ। ਸੋ ਉਹ ਵੀਡੀਓ ਦੇਖ ਕੇ ਅਸੀਂ ਇੱਥੇ ਪਹੁੰਚੇ ਹਾਂ ਜੀ। ਅੱਛਾ ਜੀ, ਹਾਂਜੀ। ਸੋ ਫਿਰ ਤੁਸੀਂ ਕੀ ਸੋਚਦੇ ਹੋ ਵੀ ਇਸ ਰੇਟ ਤੇ ਕੋਟ ਪੈਂਟ ਨੂੰ ਦੇਖ ਕੇ? ਦੇਖੋ, ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਤਲਬ ਇੰਨੇ ਘੱਟ ਰੇਟ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੈ ਜੀ ਕਿਤੋਂ ਮਿਲਣਾ। ਹਾਂਜੀ, ਅਸੀਂ ਲੁਧਿਆਣੇ ਤੱਕ ਵੀ ਜਾ ਆਏ ਸੀ ਪਹਿਲਾਂ। ਅੱਛਾ ਜੀ। ਫਿਰ ਇਹ ਵੀਡੀਓ ਦੇਖ ਕੇ ਸਾਨੂੰ ਲੱਗਿਆ ਵੀ ਅਸੀਂ ਫਿਰ ਗੱਲ ਕੀਤੀ, ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਦੇ ਜਿਹੜਾ ਸੁਭਾਅ ਹੈਗਾ ਮਤਲਬ ਇੱਥੋਂ ਦੇ ਦੁਕਾਨ ਦੇ ਜਿਹੜੇ ਨੁਮਾਇੰਦੇ ਨੇ ਉਹ ਬਹੁਤ ਵਧੀਆ ਹੈਗਾ। ਅਸੀਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਵੀ ਜਿੱਦਾਂ ਇਹਨਾਂ ਨੇ ਸਕੀਮ ਜਿਹੜੀ ਚਲਾਈ ਹੈ ਉਹ ਵੈਸੇ ਰਾਤ ਨੂੰ ਹੈ, ਕੱਲ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ। ਪਰ ਮੈਂ ਇਹਨਾਂ ਨੂੰ ਆਪਣੀ ਪ੍ਰੋਬਲਮ ਦੱਸੀ ਵੀ ਇੱਕ ਮੈਂ ਤਾਂ ਹੈਗਾ ਹੈਂਡੀਕੈਪ ਪਰਸਨ ਤੇ ਕਿ ਜਿਹਦਾ ਮੇਰੇ ਨਾਲ ਇੱਕ ਬੱਚਾ ਉਹ ਮੰਦ ਬੁੱਧੀ ਹੈ। ਇਹਦੇ ਭਰਾ ਦਾ ਵਿਆਹ ਹੈਗਾ, ਇਹਨੂੰ ਵਿਚਾਰੇ ਨੇ ਮਤਲਬ ਕਿਸੇ ਨੇ ਕੀ ਲੈ ਕੇ ਦੇਣਾ ਸੀ ਪੈਂਟ ਕੋਟ। ਸੋ ਮਤਲਬ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਗਰੀਬ ਪਰਸਨ ਹੈਗੇ ਆ। ਸੋ ਮੈਂ ਸੋਚਿਆ ਵੀ ਚਲੋ ਇਹਦੇ ਜਿਹੜਾ ਹੈਗਾ ਅਸੀਂ ਅਫੋਰਡ ਕਰ ਸਕਦੇ ਹਾਂ, ਸੋ ਇੰਨੇ ਰੇਟ ਦੇ ਵਿੱਚ ਤਾਂ ਕਰਕੇ ਇਹਨੂੰ ਲੈ ਕੇ ਮੈਂ ਇੱਥੇ ਆ ਗਿਆ ਸੀ ਉੱਥੇ ਲੈਣ ਵਾਸਤੇ। ਸੋਚਿਆ ਤੁਸੀਂ ਇੱਕ ਵਾਰ ਥੋੜਾ ਦਿਮਾਗ ਚ ਕਰਾਇਆ ਨਹੀਂ ਹੈਗਾ ਸੋਚ ਕੇ ਵੀ ਯਾਰ? ਬਿਲਕੁਲ, ਉਹ ਤਾਂ ਹੈ ਹੀ, ਘੱਟੋ ਘੱਟ ਤਾਂ ਇਹਦਾ 3500 ਤਾਂ। ਹਾਂਜੀ ਹਾਂਜੀ, ਵੀ ਇਹ ਕਿਆ ਚੱਕਰ ਕਿਆ ਇਹ? ਸੋਚਿਆ ਨਹੀਂ ਦਿਮਾਗ ਚ, ਮਾੜਾ ਮੋਟਾ ਕੋਈ ਘੁੰਮਿਆ ਨਹੀਂ ਕੁਛ? ਘੁੰਮਦਾ ਤਾਂ ਹੈ ਜੀ, ਵੀ ਹੁਣ ਚਲੋ ਬਾਕੀ ਦੇਖੋ। ਹੁਣ ਇੱਦਾਂ ਹੈਗਾ ਕਿ ਪ੍ਰਮਾਤਮਾ ਜਿਸ ਤਰ੍ਹਾਂ ਇਹਨਾਂ ਨੇ ਬਾਬਾ ਨਾਨਕ ਜੀ ਦੀ ਗੱਲ ਕੀਤੀ ਹੈ ਵੀ 13-13 ਤੋਲਣਾ ਹੈਗਾ, ਹੈ ਨਾ, ਫਿਰ ਉੱਥੇ ਤਾਂ ਫਿਰ ਮਤਲਬ ਇੱਦਾਂ ਦੀ ਕੋਈ ਗੱਲ ਰਹਿ ਨਹੀਂ ਜਾਂਦੀ। ਜਿੱਥੇ ਬਾਬਾ ਨਾਨਕ ਜੀ ਦਾ ਨਾਮ ਆ ਜਾਂਦਾ ਉੱਥੇ ਫਿਰ ਸਾਰਾ ਕੁਛ ਪਾਰ ਹੀ ਹੈ ਜੀ, ਕੰਮ ਪਾਰ ਹੀ ਹੈ ਕੰਮ। ਸਹੀ ਗੱਲ ਹੈ ਜੀ। ਸੋ ਉਹ ਵੀ 3 ਪੀਸ? 3 ਪੀਸ ਬਿਲਕੁਲ, ਹਾਂਜੀ ਨਹੀਂ ਬਿਲਕੁਲ, ਇਹ ਰੇਟ ਦੇ ਉੱਤੇ ਮਤਲਬ ਕਿਸੇ ਨੂੰ ਨਹੀਂ ਮਿਲ ਸਕਦਾ ਜੀ। ਅੱਛਾ, ਤੁਹਾਨੂੰ ਕੱਪੜਾ ਕਿਹਦਾ ਲੱਗਿਆ? ਕੁਆਲਿਟੀ? ਕੱਪੜਾ ਬਹੁਤ ਵਧੀਆ ਜੀ, ਕੁਆਲਿਟੀ ਬਹੁਤ ਵਧੀਆ ਜੀ। ਹਾਂਜੀ ਹਾਂ, ਬਿਲਕੁਲ, ਹਾਂਜੀ ਹਾਂ। ਮਨ ਸੰਤੁਸ਼ਟ ਹੈ? ਬਿਲਕੁਲ ਸੰਤੁਸ਼ਟ ਹੈ ਜੀ, ਹਾਂਜੀ ਹਾਂਜੀ। ਸੋ ਕੀ ਕਹੋਗੇ ਹੋਰ ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ? ਹਾਂਜੀ, ਅਸੀਂ ਇਹੀ ਕਹਾਂਗੇ ਵੀ ਜੀ ਬਿਲਕੁਲ, ਜਿਹੜਾ ਕੋਈ ਜ਼ਿਆਦਾ ਪੈਸੇ ਨਹੀਂ ਲਾ ਸਕਦਾ, ਅਫੋਰਡ ਨਹੀਂ ਕਰ ਸਕਦਾ ਔਰ ਉਹਨੂੰ ਸ਼ੌਂਕ ਹੈਗਾ ਪੈਂਟ ਕੋਟ ਪਾਉਣ ਦਾ, ਤਾਂ ਉਹ ਇੱਥੇ ਆਵੇ ਜ਼ਰੂਰ ਤੇ ਲੈ ਕੇ ਜਾਵੇ ਔਰ ਬਾਬਾ ਨਾਨਕ ਜੀ ਦਾ ਬਸ 13-13 ਜਿਹੜਾ ਹੈਗਾ ਉਹ ਦੋਲ ਦੇਵੇ। ਜੀ, ਹੋਰ ਕੁਛ ਕਹਿਣਾ ਚਾਹੋਗੇ ਜੀ? ਬਸ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸਾਰੇ ਚੈਨਲ ਵਾਲਿਆਂ ਦਾ ਔਰ ਏ ਕੇ ਕਲੈਕਸ਼ਨ ਵਾਲਿਆਂ ਦਾ। ਚਾਹ ਪਾਣੀ ਪੀ ਲਿਆ ਜੀ, ਬਹੁਤ ਵਧੀਆ ਜੀ, ਮਤਲਬ ਇਹਨਾਂ ਦੇ ਜੋ ਸੁਭਾਅ ਹੈਗਾ ਜੀ ਉਹ ਸਾਨੂੰ ਬਹੁਤ ਵਧੀਆ ਲੱਗਿਆ। ਜਦੋਂ ਕਿ ਮੈਂ ਫੋਨ ਤੇ ਗੱਲ ਕੀਤੀ ਇਹਨਾਂ ਦੇ ਨਾਲ, ਮੈਂ ਇਹਨਾਂ ਨੂੰ ਪ੍ਰੋਬਲਮ, ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਬੰਦਾ ਜਦੋਂ ਕੋਆਪਰੇਟ ਕਰਦਾ ਜੀ, ਤੇ ਮੈਂ ਇਹਨਾਂ ਨੂੰ ਦੱਸੀ ਆਪਣੀ ਪ੍ਰੋਬਲਮ ਵੀ ਇਦਾਂ ਕਰਕੇ ਆ ਵੀ ਰਾਤ ਨੂੰ ਨਹੀਂ ਅਸੀਂ ਆ ਸਕਦੇ ਵੀ ਸਾਨੂੰ ਜਾਣਾ ਆਉਣਾ ਬੜਾ ਮੁਸ਼ਕਲ ਹੈ, ਫਿਰ ਦੂਰ ਦਾ ਕੰਮ ਹੈਗਾ। ਇਹ ਕਹਿੰਦੇ ਜੀ ਤੁਸੀਂ ਚਾਹੇ ਜਦੋਂ ਮਰਜ਼ੀ ਆ ਜਾਓ, ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਆ, ਉਸੇ ਰੇਟ ਤੇ ਤੁਹਾਨੂੰ ਮਿਲੂਗਾ। ਸੋ ਅਸੀਂ ਅੱਜ ਬਿਨਾ ਸਕੀਮ ਤੋਂ ਆਏ ਆ, ਫਿਰ ਵੀ ਸਾਨੂੰ ਉਸੇ ਰੇਟ ਦੇ ਉੱਤੇ ਜਿਹੜਾ ਲੱਗਣੀ ਹੈ। ਹਾਂਜੀ ਹਾਂਜੀ ਬਿਲਕੁਲ ਜੀ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਇਹਨਾਂ ਦਾ। ਸੋ ਇਸ ਲੜਕੇ ਬਾਰੇ ਕੀ ਕਹਿਣਾ ਚਾਹੋਗੇ ਜੋ ਤੁਸੀਂ ਜਿਹੜਾ ਤੁਹਾਡੇ ਨਾਲ ਆਇਆ ਅੱਜ? ਇਹਦੇ ਬਾਰੇ ਵੀ ਦੇਖੋ, ਇਹਨੂੰ ਵੀ ਸ਼ੌਂਕ ਸੀਗਾ ਵਿਚਾਰੇ ਨੂੰ ਕਿ ਮੈਂ ਵੀ ਮਤਲਬ ਇੱਕ ਇਹਦੇ ਭਰਾ ਦਾ ਵਿਆਹ ਹੈਗਾ 12 ਤਰੀਕ ਦਾ, 12 ਫਰਵਰੀ ਦਾ। ਅੱਛਾ ਜੀ। ਸੋ ਮੈਨੂੰ ਕਈ ਵਾਰੀ ਕਹਿਦਾ ਹੁੰਦਾ ਸੀ ਵੀਰ ਜੀ ਮੈਂ ਵੀ ਇਦਾਂ ਦਾ ਲੈਣਾ, ਤੇ ਪਰ ਇਹਦੇ ਘਰ ਦੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਸੀ, ਵੀ ਤੁਹਾਨੂੰ ਪਤਾ ਹੀ ਆ ਹੁਣ 3500, 4000, 5000 ਲਾਣਾ, ਵੀ ਉਹਨਾਂ ਨੇ ਸੋਚਿਆ ਸੀ ਵੀ ਚਲੋ ਪੈਂਟ ਸ਼ਰਟ 'ਚ ਇੱਦਾਂ ਜਿੱਦਾਂ ਆਮ ਨੋਰਮਲ ਕੱਪੜਿਆਂ 'ਚ ਸਾਰ ਦਾਂਗੇ ਇਹਦਾ। ਪਰ ਜਦੋਂ ਮੈਂ ਉਹ ਵੀਡੀਓ ਦੇਖੀ ਤਾਂ ਫਿਰ ਮੈਨੂੰ ਲੱਗਿਆ ਵੀ ਨਹੀਂ ਕੋਈ ਗੱਲ ਨਹੀਂ, ਵੀ ਇਹਦੇ ਕਰਮਾਂ ਦਾ ਹੋ ਸਕਦਾ, ਇਹਦੇ ਕਰਮਾਂ ਦਾ ਹੀ ਆ ਗਿਆ ਹੋਵੇ ਸਾਰਾ ਕੁਛ, ਹੈ ਨਾ। ਤੋ ਇਹ ਜਿਹੜਾ ਹੈਗਾ ਹੋ ਗਿਆ ਜੀ ਸਾਰਾ, ਜਾਨੀ ਇੱਦਾਂ ਕਰਕੇ। ਹਾਂਜੀ, ਸੋ ਕਿੱਦਾਂ ਦਾ ਲੱਗਿਆ, ਮਨ ਨੂੰ ਕਿੱਦਾਂ ਦਾ ਫੀਲ ਹੋਇਆ ਅੱਜ ਫਿਰ ਇੱਥੇ? ਨਹੀਂ, ਬਹੁਤ ਵਧੀਆ ਜੀ, ਬਹੁਤ ਖੁਸ਼ੀ ਹੋਈ ਹੈ ਜੀ। ਸੋ ਸਭ ਤੋਂ ਵਧੀਆ ਗੱਲ ਆ ਕਿ ਜਿਹੜੇ ਕੋਈ ਜਿਹੜੇ ਪਰਸਨ ਜਿਹਨਾਂ ਦਾ ਸ਼ੌਂਕ ਹੈ, ਕਹਿਣ ਦਾ ਮਤਲਬ ਹੈ ਘੱਟ ਪੈਸਿਆਂ ਦੇ ਵਿੱਚ ਉਹ ਵੀ ਆਪਣਾ ਸ਼ੌਂਕ ਪੂਰਾ ਕਰ ਸਕਦਾ ਔਰ ਵਧੀਆ ਚੀਜ਼ ਹੈ, ਕੁਆਲਿਟੀ ਹੈ, ਐਸੀ ਗੱਲ ਨਹੀਂ ਹੈ। ਤੁਹਾਨੂੰ ਇਹਨਾਂ ਦਾ ਉਪਰਾਲਾ ਕਿੱਦਾਂ ਦਾ ਲੱਗਿਆ? ਨਹੀਂ, ਇਹਨਾਂ ਦਾ ਉਪਰਾਲਾ ਬਹੁਤ ਵਧੀਆ ਜੀ, ਸ਼ਲਾਘਾਯੋਗ ਹੈ ਉਪਰਾਲਾ ਇਹਨਾਂ ਦਾ। ਸੋ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਐਡਾ ਵੱਡਾ ਇਹ ਉਪਰਾਲਾ ਕੀਤਾ। ਨਹੀਂ ਮਿਲਦਾ ਜੀ ਇੰਨੇ ਘੱਟ ਪੈਸਿਆਂ ਦੇ ਵਿੱਚ ਕਿਤੇ ਵੀ, ਪੂਰਾ ਅਸੀਂ ਦੇਖ ਚੁੱਕੇ ਹਾਂ ਹੋਰ ਵੀ ਬਹੁਤ ਸਾਰੀ ਜਗ੍ਹਾ ਤੇ। ਤੋ ਇਹ ਬਹੁਤ ਵਧੀਆ ਉਪਰਾਲਾ ਹੈਗਾ ਜੀ ਇਹਨਾਂ ਦਾ। ਹਾਂਜੀ ਹਾਂਜੀ, ਸ਼ੁਕਰੀਆ, ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ। ਕਿਹੜਾ ਪਿੰਡ ਹੈ ਵੀਰ ਆਪਣਾ? ਹਾਜੂਪੁਰ ਹੈ। ਹਾਜੂਪੁਰ ਪਿੰਡ? ਅੱਛਾ, ਤੋ ਤੁਸੀਂ ਬਾਈ ਦੇ ਨਾਲ ਆਏ ਅੱਜ? ਹੈ, ਹਾਂ ਬਾਈ ਦੇ ਨਾਲ। ਹਾਂਜੀ, ਤੋ ਫਿਰ ਕੋਟ ਪੈਂਟ ਲੈਣ ਵਾਸਤੇ? ਹਾਂ।
शुक्रिया, थैंक यू, धन्यवाद। नमस्कार जी। नमस्कार जी, राम राम जी। अज आपां देखिया जी भी थोड़े कोल अज कस्टमर आए ने जिहड़े कुछ थोड़ा जिहा व्हील चेयर दे उत्ते ने, सो थोड़े कल इन्हां दी गलबात हुई है ना जी, की कहोगे इन्हां बारे? फोन आया सी बसी तो। अच्छा जी। अच्छे बंदे ने इन्हां दा फोन आया भी इस तरह असीं तुहाडी वीडियो देखी है भी 1300 रुपए च तुसीं कोट पैंट 3 पीस दिंदे हो, तां आपां कहा कोई नहीं आ जाओ ले जाओ। ये कहें असी रात को नहीं आ सकते, अपाही जा सी व्हील चेयर ते आ, दूजा मुंडा है मदबुद्धि है। अच्छा जी। इन्हों भी जो मर्जी आ जाओ तुम तो हूँ आए उपराला करके कार च आए ने, कार लेके आए ने। अच्छा जी। आए ने व्हील चेयर ते इत्थे साडे कोल, इन्हां दे नाल दा बंदा पिछे खड़िया है। अच्छा जी। तां असीं इन्हां नूं दित्ता है उस, मैं थोड़े वास्ते टाइम का कोई नहीं, जो मर्जी आ जाओ तुम, जो मर्जी दे दो, 1300 भी थोड़ा कोई जरूरी नहीं है, जिन्ना ईजी दे सकते हो दे दो, लै जाओ। साड़ी आत्मा खुश होगी भी जदों इन्हां ने कोट पेंट पहन ले, पहन के देखे साड़ी आत्मा खुश होगी, प्रसन्न हो गए असी भी इन्हां ने पा ले। ये कहिंदे भी साडे भरा दा ब्याह है, जिहड़ा मदबुद्धि है उहदे भरा दा ब्याह है, भी उहने तां कोट पेंट सिलवा लिया, 6000 च कीती तो सिलवाया उहने, सिलवा लिया। कहिंदा हुण मैं पेंट शर्ट च रहांगा, दो तीन जगह उह घूम लिया, कीती 5000 दसदे, कीती 4000 दसदे, लुधियाणे भी जाया है। कहिंदे तुहाडे आह बीड़ी पा के असीं खुश हो गए, मैं कोई नहीं ले जाओ, मैं तुसीं 1300 भी नहीं देना, कोई ऐसी गल नहीं है, घट दे दो, जो मर्जी दे दो, कोई ऐसी गल नहीं है। ये कहिंदे नहीं असीं 1300 रुपए, वह खुश हो गए, असीं भी खुश हो गए, इन्हां नूं देख के साडी आत्मा खुश हो गई भी ठीक है, असीं इन्हां दे काम आए। शुक्रिया, धन्यवाद जी। धन्यवाद जी, मेहरबानी।